ਲੋਕ ਕਹਿੰਦੇ ਨੇ ਕਿ ਕੁੜੀਆਂ ਦੇ ਨਾ ਮੂਡ ਇੱਕਦਮ ਬਦਲਦੇ ਨੇ, ਮੰਨਦੇ ਹੋ? ਕੌਣ ਕੌਣ ਮੰਨਦਾ ਕੁੜੀਆਂ ਦੇ ਮੂਡ ਇੱਕਦਮ ਬਦਲਦੇ ਨੇ? ਡਰ ਡਰ ਕੇ ਕਿਉਂ ਬੋਲਦੇ ਪਏ ਹੋ? ਸਹੇਲੀਆਂ ਨੀ ਬੈਠੀਆਂ ਤੁਹਾਡੀਆਂ? ਸੋ ਉਹਨਾਂ ਨੇ ਚਾਰ ਲਾਈਨਸ ਲਿਖੀਆਂ ਸੀਗੀਆਂ ਕਿ ਕੋਈ ਕਹਿਤਾ ਹੈ ਕਿ ਗਿਰਗਿਟ ਕੀ ਤਰ੍ਹਾਂ ਰੰਗ ਬਦਲਤੀ ਹੈ ਵੋ, ਕੋਈ ਕਹਿਤਾ ਹੈ ਕਿ ਗਿਰਗਿਟ ਕੀ ਤਰ੍ਹਾਂ ਰੰਗ ਬਦਲਤੀ ਹੈ ਵੋ, ਕੋਈ ਕਹਿਤਾ ਹੈ ਫਰੇਬੀ ਕੀ ਤਰ੍ਹਾਂ ਮਨ ਬਦਲਤੀ ਹੈ ਵੋ, ਕੋਈ ਕਹਿਤਾ ਹੈ ਕਿ ਗਿਰਗਿਟ ਕੀ ਤਰ੍ਹਾਂ ਰੰਗ ਬਦਲਤੀ ਹੈ ਵੋ, ਕੋਈ ਕਹਿਤਾ ਹੈ ਕਿ ਫਰੇਬੀ ਕੀ ਤਰ੍ਹਾਂ ਮਨ ਬਦਲਤੀ ਹੈ ਵੋ, ਜ਼ਾਹਿਰ ਸੀ ਬਾਤ ਹੈ ਮੇਰੀ ਨਜ਼ਰੋਂ ਸੇ ਉਸੇ ਕਭੀ ਕਿਸੀ ਨੇ ਦੇਖਾ ਹੀ ਨਹੀਂ, ਜ਼ਾਹਿਰ ਸੀ ਬਾਤ ਹੈ ਮੇਰੀ ਨਜ਼ਰੋਂ ਸੇ ਕਭੀ ਕਿਸੀ ਨੇ ਉਸੇ ਦੇਖਾ ਹੀ ਨਹੀਂ, ਮੈਂ ਕਹਿਤਾ ਹੂੰ ਕਿ ਮੌਸਮ ਕੀ ਤਰ੍ਹਾਂ ਅਹਿਸਾਸ ਬਦਲਤੀ ਹੈ, ਮੈਂ ਕਹਿਤਾ ਹੂੰ ਕਿ ਮੌਸਮ ਕੀ ਤਰ੍ਹਾਂ ਅਹਿਸਾਸ ਬਦਲਤੀ ਹੈ ਵੋ, ਕਿਉਂਕਿ ਖੁਆਬੋਂ ਕਾ ਖੁਲਾ ਆਸਮਾਨ ਜੋ ਹੈ ਵੋ। ਸ਼ੁਕਰੀਆ। ਔਰ ਅਬ ਇੱਕ ਸ਼ੇਰ, ਬੇਮਤਲਬ ਕੀ ਮੁਹੱਬਤ ਪੇ, ਜੋ ਬਿਨਾਂ ਮਤਲਬ ਤੋਂ ਮੁਹੱਬਤ ਕਰਦੇ ਨੇ ਉਹਨਾਂ ਲਈ ਹੈ। ਮੁਹੱਬਤ ਤੁਮ ਹੋ ਅਲਫਾਜ਼ ਮੈਂ ਬਣ ਜਾਊਂਗਾ, ਸਕੂਨ ਤੁਮ ਹੋ ਅਹਿਸਾਸ ਮੈਂ ਬਣ ਜਾਊਂਗਾ, ਪਿਆਰ ਇਤਨਾ ਹੈ ਤੁਮਸੇ, ਪਿਆਰ ਇਤਨਾ ਹੈ ਤੁਮਸੇ, ਗਰ ਦਗਾ ਤੁਮ ਕਰੋ ਤੋ ਧੋਖੇਬਾਜ਼ ਮੈਂ ਬਣ ਜਾਊਂਗਾ। ਸਾਰਿਆਂ ਨੂੰ ਪਤਾ ਅਜ਼ਾਨ ਕੀ ਹੁੰਦੀ ਹੈ? ਅਜ਼ਾਨ ਜਿਵੇਂ ਆਪਾਂ ਆਰਤੀ ਕਰਦੇ ਹਾਂ, ਅਰਦਾਸ ਕਰਦੇ ਹਾਂ, ਉਹਦੀ ਅਜ਼ਾਨ ਹੁੰਦੀ ਹੈ। ਸੋ ਸਿਰਫ ਦੋ ਲਾਈਨਸ ਲਿਖੀਆਂ ਸੀਗੀਆਂ ਕਿ ਅਜ਼ਾਨ ਸੀ ਮੁਹੱਬਤ ਹੈ ਤੇਰੀ, ਅਜ਼ਾਨ ਸੀ ਮੁਹੱਬਤ ਹੈ ਤੇਰੀ, ਜਬ ਵੀ ਯਾਦ ਆਤੀ ਹੈ ਸਰ ਸਜਦੇ ਮੇਂ ਝੁਕ ਜਾਤਾ ਹੈ। ਓਕੇ, ਸੋ ਮੈਂ ਹੁਣ ਆਪਣੀ ਸ਼ਾਇਰੀ ਪੇਸ਼ ਕਰਦਾ ਹਾਂ। ਹਰ ਕਿਸੇ ਨੂੰ ਕਿਸੇ ਦੇ ਬਾਲਾਂ ਦੇ ਨਾਲ, ਕਿਸੇ ਦੀ ਅੱਖਾਂ ਦੇ ਨਾਲ, ਕਿਸੇ ਦੇ ਅਲਫਾਜ਼ਾਂ ਦੇ ਨਾਲ, ਕਿਸੇ ਦੇ ਚਿਹਰੇ ਦੇ ਨਾਲ, ਕਿਸੇ ਦੀ ਅੱਖਾਂ ਦੇ ਨਾਲ ਪਿਆਰ ਹੁੰਦਾ ਹੈ। ਔਰ ਮੇਰੇ ਪਿਆਰ ਦੀ ਸ਼ੁਰੂਆਤ ਹੋਈ ਜਦੋਂ ਮੈਨੂੰ ਉਹਦੇ ਸੁਣੋ ਨਾ ਸੇ ਪਿਆਰ ਹੋ ਗਿਆ, ਜਦੋਂ ਉਹਨੇ ਪਹਿਲੀ ਵਾਰ ਮੈਨੂੰ ਕਿਹਾ ਸੀ ਸੁਣੋ ਨਾ, ਸੋ ਬਸ ਮੇਰੀ ਸ਼ਾਇਰੀ ਦਾ ਨਾਮ ਇਹੀ ਹੈ, ਸੁਣੋ ਨਾ। ਜਬ ਪਹਿਲੀ ਵਾਰ ਤੁਝਸੇ ਰੂਬਰੂ ਹੁਆ, ਜਬ ਪਹਿਲੀ ਵਾਰ ਤੁਝਸੇ ਰੂਬਰੂ ਹੁਆ ਤੋ ਲਗਾ ਕਿ ਆਪਣਾ ਮਿਲਾ ਹੈ ਕੋਈ, ਜਬ ਬਾਤ ਹੋਣੀ ਸ਼ੁਰੂ ਹੋਈ ਤੋ ਲਗਾ ਕਿ ਦੇਖਾ ਹੁਆ ਸਪਨਾ ਮਿਲਾ ਹੈ ਕੋਈ, ਉਸ ਰਾਤ ਯਾ ਆਂਖੇ ਨਾ ਜਾਣੇ ਨਮ ਸੀ ਕੀ ਹੋਈ, ਆਪਣੀ ਬਾਤੇ ਆਪਣੇ ਆਪ ਸੇ ਗੁੰਮ ਸੀ ਕੀ ਹੋਈ, ਅਬ ਤੋ ਸੋਚ ਰਹੀ ਹੈ ਕਿ ਕਿਤਨਾ ਪਾਗਲ ਹੂੰ ਮੈਂ, ਪਰ ਸੁਣੋ ਨਾ ਪਾਗਲ ਨਹੀਂ ਬਸ ਪਿਆਰ ਮੈਂ। ਅੱਛਾ ਸੁਣੋ ਨਾ, ਜਬ ਦੂਸਰੀ ਵਾਰ ਤੁਝਸੇ ਬਾਤ ਕਰ ਰਹਾ ਥਾ ਨਾ ਜਾਣੇ ਕਿਸ ਬਾਤ ਸੇ ਡਰ ਰਹਾ ਥਾ, ਕੁਛ ਜ਼ਿਆਦਾ ਬੋਲ ਵੀ ਨਹੀਂ ਰਹਾ ਥਾ ਬਸ ਤੇਰੀ ਬਾਤੋਂ ਕੋ ਸੁਣ ਰਹਾ ਥਾ, ਤੋ ਇਸ ਮਨ ਮੇਂ ਨਾ ਜਾਣੇ ਇੱਕ ਹਲਚਲ ਸੀ ਹੋਈ, ਤੋ ਇਸ ਮਨ ਮੇਂ ਨਾ ਜਾਣੇ ਇੱਕ ਹਲਚਲ ਸੀ ਹੋਈ, ਇਹ ਆਂਖੇ ਖੁਦ ਸੇ ਖੋ ਕਰ ਫਿਰ ਤੁਝ ਮੇਂ ਖੋਈ, ਅਬ ਤੂੰ ਸੋਚ ਰਹੀ ਹੈ ਕਿ ਕਿਤਨਾ ਬੇਵਕੂਫ ਹੂੰ ਮੈਂ, ਅਬ ਤੂੰ ਸੋਚ ਰਹੀ ਹੈ ਕਿ ਕਿਤਨਾ ਬੇਵਕੂਫ ਹੂੰ ਮੈਂ, ਪਰ ਬੇਵਕੂਫ ਨਹੀਂ ਬਸ ਪਿਆਰ ਮੈਂ। ਇਹ ਮੁਲਾਕਾਤ ਬੜਤੀ ਰਹੀ ਔਰ ਤੀਸਰੀ ਮੁਲਾਕਾਤ ਪਹੁੰਚ ਗਈ ਹੈ। ਅੱਛਾ ਸੁਣੋ ਨਾ, ਜਬ ਤੀਸਰੀ ਵਾਰ ਤੁਝਸੇ ਰੂਬਰੂ ਹੁਆ ਤੋ ਇਹ ਦਿਲ ਥੋੜਾ ਔਰ ਬੇਕਾਬੂ ਹੁਆ, ਇਨ ਨਜ਼ਰੋਂ ਕਾ ਥੋੜਾ ਔਰ ਹੇਰ ਫੇਰ ਹੁਆ, ਕੁਛ ਜਜ਼ਬਾਤੋਂ ਕਾ ਥੋੜਾ ਔਰ ਮੇਲ ਹੁਆ, ਔਰ ਆਪਣੀ ਹਰ ਜ਼ਰੂਰੀ ਬਾਤ ਬੇਫਜ਼ੂਲ ਲੱਗ ਰਹੀ ਥੀ, ਤੇਰੀ ਹਰ ਬਾਤ ਜ਼ਰੂਰੀ ਲੱਗ ਰਹੀ ਥੀ, ਤੇਰਾ ਇੱਕ ਇੱਕ ਪਲ ਕੀਮਤੀ ਲੱਗ ਰਿਹਾ ਥਾ, ਔਰ ਮੇਰਾ ਹਰ ਕੀਮਤੀ ਪਲ ਬਸ ਤੇਰਾ ਲੱਗ ਰਿਹਾ ਥਾ, ਅਬ ਤੁਮ ਸੋਚ ਰਹੇ ਹੋ ਕਿ ਕਿਤਨਾ ਬੇਅਕਲ ਹੂੰ ਮੈਂ, ਪਰ ਸੁਣੋ ਨਾ ਬੇਅਕਲ ਨਹੀਂ ਬਸ ਪਿਆਰ ਮੈਂ ਹੂੰ ਮੈਂ।